ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅਜੇ ਤੱਕ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰੋ ਤੇ ਵੀਡੀਓ ਲਾਈਕ ਸ਼ੇਅਰ ਕਰਨੀ ਬਿਲਕੁਲ ਨਾ ਭੁੱਲਿਓ ਤੁਸੀਂ ਦੇਖ ਰਹੇ ਹੋ ਆਪਣਾ ਫਤੂਰ ਇੰਟਰਨੈਸ਼ਨਲ ਬੋਲੀ ਦੀਆਂ ਵੀਡੀਓ ਸਿੱਖਣ ਦੇ ਵਾਸਤੇ ਜਾਂ ਦੇਖਣ ਦੇ ਵਾਸਤੇ ਤੁਸੀਂ ਜਿਹੜਾ ਯੂਰਪ ਸਮਾਚਾਰ ਪੰਜਾਬੀ ਚੈਨਲ ਦੇ ਉੱਤੇ ਜਾ ਸਕਦੇ ਹੋ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਯੂਰਪ ਸਮਾਚਾਰ ਜਿਹੜਾ ਚੈਨਲ ਉਹਨਾਂ YouTube ਦੇ ਉੱਤੇ ਨਹੀਂ ਮਿਲਦਾ ਤੁਸੀਂ ਜਿਹੜਾ ਯੂਰਪ ਸਮਾਚਾਰ ਪੰਜਾਬੀ ਚੈਨਲ ਜਿਹੜਾ ਲਿਖਣਾ ਹੈ ਇਸ ਦੇ ਨਾਲ ਤੁਹਾਨੂੰ ਜਿਹੜੀਆਂ ਵੀਡੀਓ ਮਿਲਦੀਆਂ ਹਨ ਗੱਲ ਕਰ ਲਈ ਉਹਨਾਂ ਲੋਕਾਂ ਦੀ ਜਿਹੜੇ ਯੂਰਪ ਦੇ ਵਿੱਚ ਆਉਣਾ ਚਾਹੁੰਦੇ ਹਨ ਘੁੰਮਣ ਫਿਰਨ ਦੇ ਵਾਸਤੇ ਜਿਹੜੇ ਕੀ ਸ਼ੇਨਗਨ ਵੀਜ਼ਾ ਲੈਂਦੇ ਹਨ ਬਹੁਤ ਸਾਰੇ ਇੰਡੀਅਨ ਲੋਕ ਜਿਹੜੇ ਇੰਡੀਆ ਤੋਂ ਯੂਰਪ ਦੇ ਵਿੱਚ ਅਕਸਰ ਆਉਂਦੇ ਹਨ ਕਿਉਂਕਿ ਗਰਮੀਆਂ ਦੇ ਵਿੱਚ ਇਹ ਜਿਹੜਾ ਆਂਕੜਾ ਹੈ ਜੀ ਵਧਾ ਹੈ ਗਰਮੀਆਂ ਦੇ ਵਿੱਚ ਜ਼ਿਆਦਾ ਇੰਡੀਅਨ ਲੋਕ ਇੱਥੇ ਯੂਰਪ ਦੇ ਵਿੱਚ ਆਉਂਦੇ ਹਨ ਯੂਰਪ ਦੇ ਵਿੱਚ ਜਿਹੜੀਆਂ 27 28 ਕੰਟਰੀਆਂ ਇੱਥੋਂ ਦੇਣ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਲੋਕ ਆਉਂਦੇ ਹਨ ਪਰੰਤੂ ਇਸ ਟਾਈਮ ਜਿਹੜੇ ਲੋਕ ਹੁਣ ਯੂਰਪ ਆਉਣਾ ਚਾਹੁੰਦੇ ਹਨ ਇਹਨਾਂ ਦੇ ਵਾਸਤੇ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹ ਇੱਕ ਪਾਸੇ ਤਾਂ ਯੂਰਪੀ ਦੇਸ਼ ਜਿਹੜੇ ਹਨ ਇਹ ਜਿਹੜੇ ਲੋਕਾਂ ਨੂੰ ਅਟਰੈਕਟ ਕਰ ਰਹੇ ਹਨ ਇੰਡੀਅਨ ਲੋਕਾਂ ਨੂੰ ਮਲਟੀਪਲ ਐਂਟਰੀ ਦੇ ਜਿਹੜੇ ਵੀਜ਼ੇ ਦੇ ਰਹੇ ਹਨ ਸ਼ੇਨਗਨ ਦੇਸ਼ਾਂ ਦੇ ਵਿੱਚ ਪਰ ਦੂਜੇ ਪਾਸੇ ਜਿਹੜਾ ਇਹਦਾ ਇੱਕ ਹੋਰ ਨਾਲ ਨਾਲ ਕੰਮ ਚੱਲ ਰਿਹਾ ਹੈ ਕਿ ਜਦੋਂ ਲੋਕਾਂ ਨੂੰ ਵੀਜ਼ੇ ਦਿੱਤੇ ਜਾਂਦੇ ਹਨ ਤੇ ਉਸ ਟਾਈਮੇ ਵੀ ਦੇਖਿਆ ਜਾਂਦਾ ਹੈ ਕਿ ਜਿਹੜੀ ਉਹਨਾਂ ਨੇ ਹੋਟਲ ਦੀ ਬੁਕਿੰਗ ਕਰਵਾਈ ਹੈ ਫਲਾਈਟ ਦੀ ਬੁਕਿੰਗ ਹੋ ਚੁੱਕੀ ਹੈ ਪਹਿਲਾਂ ਇਹ ਜਿਹੜੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਪਰੰਤੂ ਹੁਣ ਇਹ ਵੀ ਜਿਹੜੇ ਲੋਕਾਂ ਨੂੰ ਇੱਕ ਫਿਕਰ ਪਿਆ ਹੋਇਆ ਇਸ ਗੱਲ ਦਾ ਹੈ ਕਿ ਹੋਟਲ ਦੀ ਜਿਹੜੀ ਬੁਕਿੰਗ ਹੈ ਜੋ ਵੀ ਹੋ ਜਾਂਦੀ ਹੈ ਫਲਾਈਟ ਦੀ ਟਿਕਟ ਦੀ ਬੁਕਿੰਗ ਵੀ ਹੋ ਜਾਂਦੀ ਹੈ ਲੋਕ ਪੈਸੇ ਵੀ ਪੇ ਕਰ ਦਿੰਦੇ ਹਨ ਪਰੰਤੂ ਫਿਰ ਵੀ ਕਈ ਵਾਰ ਵੀਜ਼ਾ ਨਹੀਂ ਮਿਲ ਰਿਹਾ ਲੋਕਾਂ ਨੂੰ ਅਪੁਆਇੰਟਮੈਂਟ ਲੈਣ ਦੇ ਵਾਸਤੇ ਹੀ ਲੰਬਾ ਸਾਮਾਂ ਲੱਗ ਰਿਹਾ ਹੈ ਨਾਰਮਲ ਤੌਰ ਤੇ ਕੀ ਹੁੰਦਾ ਹੈ ਕਿ ਜਿਹੜਾ ਵੀਜ਼ਾ ਹੈ ਜੀ 35 ਤੋਂ 40 ਦਿਨਾਂ ਦੇ ਵਿੱਚ ਅਵੇਲੇਬਲ ਹੋ ਜਾਂਦਾ ਹੈ ਅੰਬੈਸੀਆਂ ਦੇ ਵੱਲੋਂ ਜਿਹੜਾ ਬਿਨਾਂ ਕਿਸੇ ਕਾਰਨ ਤੋਂ ਮਤਲਬ ਕੋਈ ਵੀ ਕਾਰਨ ਨਹੀਂ ਦੱਸਿਆ ਜਾਂਦਾ ਜਿਹੜਾ ਵੀਜ਼ਾ ਹੈ ਜੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਹੁਣ ਜਿਹੜੇ ਇਸ ਸਾਲ ਜ਼ਿਆਦਾ ਪ੍ਰੋਬਲਮ ਲੋਕਾਂ ਨੂੰ ਇਹ ਹੀ ਆ ਰਹੀ ਹੈ ਕਿ ਇੱਕ ਤਾਂ ਜਿਹੜਾ ਵੀਜ਼ਾ ਹੈ ਜੀ ਟੂਰਿਸਟ ਵੀਜ਼ਾ ਦੀ ਲੰਬੀ ਡੀਕ ਲੋਕ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਸਮਾਂ ਜ਼ਿਆਦਾ ਲੱਗ ਰਿਹਾ ਹੈ ਵੀਜ਼ਾ ਮਿਲਣ ਦੀ ਜਿਹੜੀ ਸੰਭਾਵਨਾ ਹੈ ਜੀ ਘੱਟ ਹੈ ਤੇ ਬਿਨਾਂ ਕਿਸੇ ਜਾਇਜ਼ ਕਾਰਨ ਤੋਂ ਜਿਹੜਾ ਵੀਜ਼ਾ ਹੈ ਉਹ ਰੱਦ ਕੀਤਾ ਜਾ ਰਿਹਾ ਹੈ। ਹੁਣ ਚਲਦੇ ਹਾਂ ਜੀ ਅਗਲੀ ਖ਼ਬਰ ਦੇ ਉੱਤੇ। ਅਗਲੀ ਖ਼ਬਰ ਇਸ ਤਰ੍ਹਾਂ ਹੈ ਕਿ ਕੁਝ ਸਮਾਂ ਪਹਿਲਾਂ ਕੀ ਹੁੰਦਾ ਸੀ ਕਿ ਅਮਰੀਕਾ ਤੇ ਚਾਈਨਾ ਜਿਹੜਾ ਇਹਨਾਂ ਦਾ ਵਪਾਰ ਬਹੁਤ ਜ਼ਿਆਦਾ ਆਪਸ ਦੇ ਵਿੱਚ ਚੱਲਦਾ ਸੀ। ਤੇ ਇੰਡੀਆ ਦਾ ਵੀ ਵਪਾਰ ਕਈਆਂ ਦੇਸ਼ਾਂ ਦੇ ਨਾਲ ਚੱਲਦਾ ਸੀ। ਇੰਡੀਆ ਦਾ ਸਭ ਤੋਂ ਜਿਹੜਾ ਜ਼ਿਆਦਾ ਵਪਾਰ ਸੀ ਇੰਡੀਆ ਦਾ ਉਹ ਅਮਰੀਕਾ ਦੇ ਨਾਲ ਚੱਲਦਾ ਸੀ ਲੈਣ ਦੇਣ ਪਰੰਤੂ ਹੁਣ ਜਿਹੜਾ ਹੈ ਜੀ ਇਹਦੇ ਵਿੱਚ ਤਬਦੀਲੀ ਆ ਚੁੱਕੀ ਹੈ ਜਿਹੜਾ ਅਮਰੀਕਾ ਹੈ ਨੰਬਰ 2 ਦੇ ਉੱਤੇ ਆ ਚੁੱਕਾ ਹੈ ਹੁਣ ਇਸ ਟਾਈਮ ਇੰਡੀਆ ਦਾ ਸਭ ਤੋਂ ਜ਼ਿਆਦਾ ਜਿਹੜਾ ਵਪਾਰ ਹੈ ਚਾਈਨਾ ਦੇ ਨਾਲ ਚੱਲ ਰਿਹਾ ਹੈ ਦੱਸਿਆ ਗਿਆ ਹੈ ਕਿ 118 ਅਰਬ .4 ਅਰਬ ਡਾਲਰ ਦਾ ਜਿਹੜਾ ਵਪਾਰ ਹੈ ਚਾਈਨਾ ਦੇ ਨਾਲ ਹੋ ਰਿਹਾ ਹੈ ਜਦੋਂ ਕਿ ਅਮਰੀਕਾ ਦੇ ਨਾਲ 118.3 ਅਰਬ ਡਾਲਰ ਦਾ ਵਪਾਰ ਹੈ ਤੇ ਇਸ ਤੋਂ ਬਾਅਦ ਦੁਬਈ ਯੂਏਈ ਵਿਸ਼ੇਸ਼ਕ ਇੱਕ ਹੋਰ ਜਿਆਦਾ ਦੇਸ਼ ਹੈ ਪਰੰਤੂ ਇੰਡੀਆ ਦੇ ਨਾਲ ਇਸ 783.6 ਅਰਬ ਡਾਲਰ ਦਾ ਵਪਾਰ ਚੱਲਦਾ ਹੈ ਚੌਥੇ ਨੰਬਰ ਤੇ ਜਿਹੜਾ ਆਉਂਦਾ ਹੈ ਜੀ ਰੂਸ 65.7 ਅਰਬ ਡਾਲਰ ਦਾ ਵਪਾਰ ਪੰਜਵੇਂ ਨੰਬਰ ਤੇ ਸਾਉਦੀਆ 43.4 ਅਰਬ ਡਾਲਰ ਤੇ ਸਿੰਗਾਪੁਰ ਦੇ ਨਾਲ 35.6 ਅਰਬ ਡਾਲਰ ਦਾ ਵਪਾਰ ਜਿਹੜਾ ਇੰਡੀਆ ਦਾ ਹੁੰਦਾ ਹੈ ਚਲਦੇ ਹਾਂ ਜੀ ਅਗਲੀ ਖਬਰ ਦੇ ਉੱਤੇ ਇਟਲੀ ਦੇ ਨਾਲ ਹੀ ਜਿਹੜੀ ਸਬੰਧਤ ਖਬਰ ਹੈ ਇੱਕ ਛੋਟੀ ਬੱਚੀ ਜਿਸ ਨੂੰ ਕੀ ਟਰਾਂਸਪੋਰਟਡ ਕੀਤਾ ਜਾਂਦਾ ਹੈ ਬਾਈ 에ਅਰ ਐਮਬੂਲੈਂਸ ਮਤਲਬ ਕਿ ਜਿਹੜੀ ਹੈਲੀਕਾਪਟਰ ਥਰੂ ਜਿਹੜਾ ਇਸ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਉਹ ਵੀ ਜਿਹੜਾ ਕੋਡ ਹੈ ਜੀ ਰੈੱਡ ਕੋਡ ਜਿਹੜਾ ਨੀਗਵਾਰ ਦਾ ਹਸਪਤਲ ਹੈ ਗੱਲ ਇਸ ਤਰ੍ਹਾਂ ਹੋਇਆ ਕਿ ਦੋ ਸਕੀਆਂ ਜੋੜੀਆਂ ਪੈਣਾ ਸਨ ਇੱਕ ਬੱਚੀ ਜਿਸ ਦੀ ਉਮਰ ਸੀ 2.5 ਸਾਲ ਜਿਹੜੀ ਕਿ ਆਪਣੀ ਸਿਸਟਰ ਦੇ ਨਾਲ ਖੇਡ ਰਹੀ ਸੀ ਅਚਾਨਕ ਕਿ ਜਿਹੜਾ ਪਿੱਟ ਬੁੱਲ ਕੁੱਤਾ ਹੁੰਦਾ ਹੈ ਉਹ ਇਹਨਾਂ ਦੇ ਉੱਤੇ ਅਟੈਕ ਕਰਦਾ ਤੇ ਜਿਹੜੀ ਇਹ 2.5 ਸਾਲ ਦੀ ਬੱਚੀ ਸੀ ਬਹੁਤ ਜ਼ਿਆਦਾ ਜਾਨੀ ਕਿ ਜ਼ਖਮੀ ਹੋ ਜਾਂਦੀ ਹੈ ਗੰਭੀਰ ਰੂਪ ਦੇ ਵਿੱਚ ਇੱਥੇ ਦੱਸੇ ਕਿ ਜਿਸ ਟਾਈਮ ਇਹ ਹਮਲਾ ਕੁੱਤਾ ਕਰਦਾ ਇਸ ਬੱਚੀ ਦੇ ਉੱਤੇ ਉਸ ਟਾਈਮ ਜਿਹੜੀ ਬੱਚੀ ਸੀ ਆਪਣੀ ਗਾਂਟੀ ਦੇ ਨਾਲ ਘਰ ਦੇ ਵਿੱਚ ਸੀ ਤੇ ਜਿਹੜੇ ਇਸ ਦੇ ਮਾਤਾ ਪਿਤਾ ਸਨ ਉਹ ਤਕਰੀਬਨ ਦੱਸਿਆ ਗਿਆ ਹੈ ਕਿ ਕੰਮਾਂ ਦੇ ਉੱਤੇ ਗਏ ਹੋਏ ਸਨ। ਇਹ ਘਟਨਾ ਜਿਹੜੀ ਸਿਸ ਤੋਂ ਸਾਂ ਜਵਾਨੀ ਜਿਹੜਾ ਇਲਾਕਾ ਪੈਂਦਾ ਹੈ ਜੀ ਮਲਾਂ ਦਾ ਉੱਥੇ ਹੋਈ ਹੈ ਇੱਕ ਅਪਾਰਟਮੈਂਟ ਦੇ ਵਿੱਚ ਵੀਆਪੀ ਕਾਰਦੀ 124। ਹੁਣ ਇਹ ਜਿਹੜੀ ਔਰਤ ਜਿਹੜੀ ਕਿ ਬੱਚਿਆਂ ਦੀ ਦੇਖਰੇਖ ਕਰਦੀ ਸੀ ਇਹ ਵੀ ਜ਼ਖਮੀ ਹੋ ਜਾਂਦੀ ਹੈ ਤੇ ਇਸ ਨੂੰ ਵੀ yellow code ਦੇ ਨਾਲ ਹਸਪੀਟਲ ਦੇ ਵਿੱਚ ਲਿਜਾਣਾ ਪੈਂਦਾ ਹੈ ਕਿਉਂਕਿ ਜਦੋਂ ਕੁੱਤੇ ਨੇ ਅਟੈਕ ਕੀਤਾ ਤੇ ਇਸ ਨੇ ਵਿੱਚ ਆ ਕੇ ਬਚਾਅ ਕੀਤਾ ਤੇ ਕਿਸੇ ਤਰ੍ਹਾਂ ਬੱਚੀ ਨੂੰ ਕੁੱਤੇ ਦੇ ਕੋਲੋਂ ਬਚਾਇਆ। ਬਾਕੀ ਗੱਲ ਕਰ ਲਈਏ ਇਟਲੀ ਦੇ ਵਿੱਚ ਪੈਟਰੋਲ ਦੀ ਡੀਜ਼ਲ ਦੀ ਤੇ ਇਸ ਟਾਈਮ ਜਿਹੜਾ ਪੈਟਰੋਲ ਹੈ ਜਿਸ ਦਾ ਰੇਟ ਜਿਹੜਾ ਦੁਆਰਾ ਫਿਰ ਘਟਣਾ ਸ਼ੁਰੂ ਹੋ ਚੁੱਕਾ ਹੈ ਤੁਸੀਂ ਹੁਣ ਕੁਝ ਦਿਨਾਂ ਤੋਂ ਦੇਖ ਸਕਦੇ ਹੋ ਕਿ ਪੈਟਰੋਲ ਪੰਪਾਂ ਦੇ ਉੱਤੇ ਜਿਹੜੇ ਰੇਟ ਹਨ ਮਾਈਨਸ ਵਿੱਚ ਜਾ ਰਹੇ ਹਨ ਮਤਲਬ ਕਿ ਪਹਿਲਾਂ ਨਾਲੋਂ ਥੱਲੇ ਜਾ ਰਹੇ ਹਨ ਇਹ ਸਾਰੇ ਲੋਕਾਂ ਦੇ ਵਾਸਤੇ ਇੱਕ ਵਧੀਆ ਖਬਰ ਹੈ ਕਿਉਂਕਿ ਜਿਸ ਤਰ੍ਹਾਂ ਜੋ ਰੂਸ ਤੇ ਯੂਕਰੇਨ ਦਾ ਯੁੱਧ ਚੱਲ ਰਿਹਾ ਦੂਜੇ ਪਾਸੇ ਇਜ਼ਰਾਈਲ ਵਾਲੇ ਪਾਸੇ ਵੀ ਜਿਹੜਾ ਹੈ ਜੀ ਅਜੇ ਤੱਕ ਲੜਾਈ ਦਾ ਜਿਹੜਾ ਕੰਮ ਹੈ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ 30 ਬਾਤ ਲੋਕਾਂ ਨੂੰ ਲੱਗਦਾ ਸੀ ਕਿ ਪੈਟਰੋਲ ਡੀਜ਼ਲ ਦਾ ਰੇਟ ਜਿਹੜਾ ਹੈ ਜੀ ਹੋਰ ਜ਼ਿਆਦਾ ਚੜ ਸਕਦਾ ਹੈ ਗੈਸ ਦਾ ਵੀ ਪਰੰਤੂ ਇਹ ਇੱਕ ਖੁਸ਼ਕਿਸਮਤੀ ਹੈ ਕਿ ਪੈਟਰੋਲ ਦਾ ਰੇਟ ਵਧਣ ਦੀ ਬਜਾਏ ਜਿਹੜਾ ਇਸ ਟੇਮ ਘਟ ਰਿਹਾ ਹੈ ਹੁਣ ਗੱਲ ਕਰ ਲਈਏ ਨੈਕਸਟ ਖਬਰ ਦੀ ਜੇ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਕੰਮ ਕਰਦੇ ਹੋ ਤੇ ਜਿਹੜਾ ਤੁਹਾਡਾ ਫੈਕਟਰੀ ਦਾ ਮਾਲਕ ਹੁੰਦਾ ਹੈ ਜਾਂ ਜੋ ਵੀ ਜਿਸ ਦੇ ਕੋਲ ਤੁਸੀਂ ਕੰਮ ਕਰਦੇ ਹੋ ਅਗਰ ਉਹ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਸ਼ੁਰੂ ਕਰ ਦੇਵੇ ਜਾਂ ਜ਼ਿਆਦਾ ਪੈਸੇ ਦੇ ਦੇਵੇ ਤੇ ਫਿਰ ਤੁਹਾਨੂੰ ਕਿੰਨੀ ਇੱਕ ਖੁਸ਼ੀ ਹੋਏਗੀ ਤੁਸੀਂ ਇਹ ਜਿਹੜੀ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਤੁਸੀਂ ਜ਼ਰੂਰ ਕਮੈਂਟ ਬਾਕਸ ਕਿ ਇੱਕ ਮਾਲਕ ਦੇ ਬਲੋਂ ਜਿਹੜੇ ਜ਼ਿਆਦਾ ਪੈਸੇ ਵਰਕਰਾਂ ਨੂੰ ਦਿੱਤੇ ਗਏ ਤੇ ਤੁਸੀਂ ਕਿੰਨੇ ਕ ਪੈਸੇ ਦਿਮਾਗ ਦੇ ਵਿੱਚ ਸੋਚੇ ਸਨ ਮਦਰ ਕਿ ਇੱਕ ਮਹੀਨੇ ਦੀ ਸੈਲਰੀ ਦੋ ਦੀ ਜਾਂ ਕਿੰਨੀ ਜ਼ਰੂਰ ਕਮੈਂਟ ਦੇ ਵਿੱਚ ਲਿਖਿਓ ਤੇ ਹੁਣ ਤੁਹਾਨੂੰ ਜਿਹੜੀ ਖਬਰ ਹੈ ਉਹ ਦੱਸਣ ਜਾ ਰਿਹਾ ਹਾਂ ਇਹ ਜਿਹੜੀ ਖਬਰ ਹੈ ਜੀ ਇਹਦੇ ਵਿੱਚ ਤੁਹਾਨੂੰ ਇਹ ਦੱਸ ਜੀ ਕਿ ਇੱਕ ਇਹੋ ਜੀ ਕੰਪਨੀ ਜਿਹਦੇ ਵਿੱਚ 112406 ਐਮਪਲੋਈ ਕੰਮ ਕਰਦੇ ਹਨ ਇਹ ਉਸ ਕੰਪਨੀ ਦੇ ਵਰਕਰ ਹਨ ਟੋਟਲ ਸਟਾਫ ਹੈ ਇਸ ਕੰਪਨੀ ਨੂੰ ਦੱਸਿਆ ਗਿਆ ਕਿ ਇੰਨਾ ਜ਼ਿਆਦਾ ਜਿਹੜਾ ਪ੍ਰੋਫਿਟ ਹੁੰਦਾ ਹੈ ਫਾਇਦਾ ਹੁੰਦਾ ਹੈ ਕੀ ਜਿਹੜੇ ਆਪਣੇ ਕਰਮਚਾਰੀਆਂ ਨੂੰ ਦੀਵੀ ਦੇਂਦੋ ਜਿਸ ਨੂੰ ਆਪਾਂ ਟੈਲੈਂਟ ਪਾਸ਼ਾ ਦੇ ਵਿੱਚ ਕਹਿੰਦੇ ਹਾਂ ਜਿਹੜਾ ਕਿ ਕੰਪਨੀ ਨੂੰ ਲਾਭ ਹੁੰਦਾ ਹੈ ਉਸ ਲਾਭ ਦੇ ਵਿੱਚੋਂ ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ ਇੱਕ ਹਿੱਸਾ ਦਿੱਤਾ ਜਾਂਦਾ ਹੈ ਕਈਆਂ ਕੰਪਨੀਆਂ ਦੇ ਵਿੱਚ ਮਿਲਦਾ ਹੈ ਤੇ ਕਈ ਕੰਪਨੀਆਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਘਾਟਾ ਪੈ ਗਿਆ ਤੇ ਨਹੀਂ ਵੀ ਦਿੱਤਾ ਜਾਂਦਾ ਇਹ ਜਿਹੜਾ ਕੰਪਨੀ ਦੇ ਵੱਲੋਂ ਦੀਵੀ ਦੇਣ ਦਿੱਤਾ ਗਿਆ ਹੈ ਜੀ ਇੰਨਾ ਜ਼ਿਆਦਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇੰਨਾ ਸਾਰੇ ਵਰਕਰਾਂ ਨੂੰ 1,10,000 ਵਰਕਰਾਂ ਨੂੰ ਵੀ ਆਪਣੇ 5ਵੇਂ ਮਹੀਨੇ ਦੀ ਜਿਹੜੀ ਸੈਲਰੀ ਹੈ ਜੀ ਇਹਨਾਂ ਨੂੰ ਫ੍ਰੀ ਦੇ ਵਿੱਚ ਦਿੱਤੀ ਗਈ ਹੈ ਦੀਵੀ ਦੇਣ ਦੇ ਰੂਪ ਦੇ ਵਿੱਚ ਇਹ ਜਿੰਨੀ ਵੀ amount ਹੈ ਜਿਹੜੀ ਵਰਕਰਾਂ ਨੂੰ ਦਿੱਤੀ ਗਈ ਹੈ ਜਿਹੜੀ ਦੀ ਕੀਮਤ ਹੈ ਜੀ ਅਮਰੀਕਨ ਡਾਲਰ ਦੇ ਵਿੱਚ 2.5 ਬਿਲੀਅਨ ਅਮਰੀਕਨ ਡਾਲਰ ਬਣਦੀ ਹੈ ਇਹ ਹੁਣ ਤੁਹਾਨੂੰ ਕੰਪਨੀ ਦਾ ਨਾਮ ਦੱਸ ਦਿਆਂ 에ਰਲਾਈਨ ਕੰਪਨੀ ਹੈ ਜੀ ਇਮੀਰੇਟਸ ਇਸ ਕੰਪਨੀ ਵਿੱਚ ਜਿਹੜੇ 1 ਲੱਖ ਦਾ ਸ਼ੇਅਰ ਵਰਕਰ ਕੰਮ ਕਰਦੇ ਹਨ ਉਹਨਾਂ ਨੂੰ ਜਿਹੜਾ ਇਹ ਦੀ ਵੀ ਦੇਣ ਦੋ ਦਿੱਤਾ ਗਿਆ ਹੈ 5-5 ਮਹੀਨੇ ਦੀ ਜਿਹੜੀ ਸੈਲਰੀ ਹੈ ਜੀ ਕਾਰਨ ਇਹਦੇ ਪਿੱਛੇ ਇਹੀ ਹੈ ਕਿ ਕੰਪਨੀ ਨੂੰ ਬਹੁਤ ਜ਼ਿਆਦਾ ਜਿਹੜਾ ਰਿਕਾਰਡ ਪ੍ਰੋਫਿਟ ਹੋਇਆ ਹੈ ਹੁਣ ਗੱਲ ਕਰ ਲਈਏ ਜਿਹੜੀ ਕੁਝ ਕਰੰਸੀ ਰੇਟ ਨੇ ਕੈਨੇਡੀਅਨ ਡਾਲਰ 64 ਰੁਪਏ 60 ਪੈਸੇ ਅਮਰੀਕਾ ਦਾ ਡਾਲਰ 83 ਰੁਪਏ 51 ਪੈਸੇ ਦੇ ਉੱਤੇ ਚੱਲ ਰਿਹਾ ਹੈ ਇੰਗਲੈਂਡ ਦਾ 1 ਪਾਉਂਡ 104 ਰੁਪਏ 99 ਪੈਸੇ ਦੁਬਈ ਦਾ ਦਰਮ 22 ਰੁਪਏ 74 ਪੈਸੇ ਨਿਊਜ਼ੀਲੈਂਡ ਦਾ ਡਾਲਰ 50 ਰੁਪਏ 25 ਪੈਸੇ ਯੂਰੋ ਦਾ ਰੇਟ 90 ਰੁਪਏ 15 ਪੈਸੇ ਦੇ ਉੱਤੇ ਚੱਲ ਰਿਹਾ ਹੈ ਤਿਸ ਤੋਂ ਲਾਵਾ ਆਸਟ੍ਰੇਲੀਅਨ ਡਾਲਰ 55 ਰੁਪਏ 20 ਪੈਸੇ ਅਮਰੀਕਨ ਡਾਲਰ 83 ਰੁਪਏ 51 ਪੈਸੇ ਟਕਣ ਦਾ ਜਿਹੜਾ ਅੱਜ ਦਾ ਰੇਟ ਹੈ ਜੀ 63000 ਤੋਂ ਉੱਪਰ ਚੱਲ ਰਿਹਾ ਹੈ ਗੱਲ ਕਰ ਲਈ ਕੈਨੇਡਾ ਐਕਸਪ੍ਰੈਸ ਐਂਟਰੀ ਜਿਹੜੇ ਲੋਕ ਇਹਦੇ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਕਿੰਨੇ ਪੈਸੇ ਦੀ ਇਹਨਾਂ ਨੂੰ ਲੋੜ ਹੈ ਜੇ ਕੋਈ ਬੰਦਾ ਸਿੰਗਲ ਹੈ ਜੀ ਉਸਦੇ ਵਾਸਤੇ ਕੈਨੇਡੀਅਨ ਡਾਲਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ 14690 ਡਾਲਰ ਦਾ ਜਿਹੜਾ ਸਬੂਤ ਹੈ ਜੀ ਬੰਦੇ ਨੂੰ ਦੇਣਾ ਪਵੇਗਾ ਜੇ ਦੋ ਮੈਂਬਰ ਹਨ ਤੇ 18288 ਜੇ ਕੋਈ ਤਿੰਨ ਮੈਂਬਰਾਂ ਦਾ ਪਰਿਵਾਰ ਹੈ ਤਾਂ 22483 ਚਾਰ ਮੈਂਬਰਾਂ ਦਾ ਪਰਿਵਾਰ ਹੈ ਤਾਂ 27297 ਕੈਨੇਡੀਅਨ ਡਾਲਰ 5 ਮੈਂਬਰਾਂ ਦੇ ਵਾਸਤੇ 30690 ਕੈਨੇਡੀਅਨ ਡਾਲਰ ਦੀ ਰਕਮ ਜਿਹੜੀ ਹੈ ਜੀ ਲੋੜੀਂਦੀ ਹੈ ਜੇ 6 ਜਣੇ ਹਨ ਤਾਂ 34917 7 38875 ਹੁਣ ਜੇ 7 ਮੈਂਬਰਾਂ ਤੋਂ ਵੀ ਜ਼ਿਆਦਾ ਪਰਿਵਾਰਕ ਮੈਂਬਰ ਹਨ ਤਾਂ ਹਰੇਕ ਵਾਧੂ ਮੈਂਬਰ ਕੋਲ ਜਿਹੜਾ ਹੈ ਜੀ ਤਕਰੀਬਨ 3958 ਕੈਨੇਡੀਅਨ ਡਾਲਰ ਹੋਣੇ ਜ਼ਰੂਰੀ ਹਨ ਬਾਕੀ ਦੀ ਵੀ ਜਿਹੜਾ ਕੈਨੇਡਾ ਦੇ ਵੱਲੋਂ ਐਕਸਪ੍ਰੈਸ ਐਂਟਰੀ ਬਿਨੈ ਕਰ ਰਹੇ ਹਨ 27 ਮਈ 2024 ਦਾ ਜਿਹੜਾ ਟਾਈਮ ਦਿੱਤਾ ਹੈ ਜਿਹੜੇ ਕਿ ਉਹਨਾਂ ਦੇ ਕੋਲ ਜਿਹੜੇ ਫੰਡ ਵਗੈਰਾ ਹਨ ਉਹਨਾਂ ਦੇ ਜਿਹੜੇ ਨਵੇਂ ਸਬੂਤ ਹਨ ਉਹ ਆਪਣੇ ਸਬੂਤ ਲਾ ਕੇ ਜਿਹੜੀ ਉਹਨਾਂ ਦੇ ਪ੍ਰੋਫਾਈਲ ਹਨ ਉਹਨਾਂ ਨੂੰ ਅਪਡੇਟ ਕਰ ਦੇਣ। ਬਾਕੀ ਜਿਹੜੀ ਨੈਕਸਟ ਕਵਰ ਹੈ ਜੀ ਇਹ ਇੰਡੀਆ ਦੇ ਨਾਲ ਸੰਬੰਧਿਤ ਹੈ। ਪੰਜਾਬ ਦੇ ਨਾਲ ਸੰਬੰਧਿਤ ਇੱਕ ਬੈਡ ਨਿਊਜ਼ ਉੱਥੋਂ ਆਈ ਹੈ। ਇੱਕ ਪਿੰਡ ਪੈਂਦਾ ਹੈ ਜੀ ਅਜੋਲੀ ਮੂੜ। ਇਹ ਨੰਗਲ ਦੇ ਨੇੜੇ ਪੈਂਦਾ ਹੈ। ਇੱਥੇ ਇੱਕ ਨੌਜਵਾਨ ਜਿਹੜਾ ਕਿ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀ ਤੇ ਉਸ ਦੀ ਟੱਕਰ ਹੈ ਜੀ ਟੈਂਕਰ ਦੇ ਨਾਲ ਹੋ ਜਾਂਦੀ ਹੈ। ਦੱਸਿਆ ਗਿਆ ਕਿ ਟੱਕਰ ਬਹੁਤ ਜ਼ਿਆਦਾ ਭਿਆਨਕ ਸੀ ਤੇ ਨੌਜਵਾਨ ਦੀ ਮੌਕੇ ਦੇ ਉੱਤੇ ਹੀ ਡੈਥ ਹੋ ਜਾਂਦੀ ਹੈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੱਸਿਆ ਗਿਆ ਕਿ ਟੈਂਕਰ ਦਾ ਜਿਹੜਾ ਟਾਇਰ ਸੀ ਉਹ ਬਾਈਕ ਸਵਾਰ ਜਿਹੜਾ ਨੌਜਵਾਨ ਸੀ ਉਹਦੇ ਉੱਤੋਂ ਦੀ ਲੰਘ ਜਾਂਦਾ ਹੈ ਜਿਹਦੇ ਕਾਰਨ ਮੌਕੇ ਦੇ ਉੱਤੇ ਹੀ ਜਿਹੜੀ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਸ ਨੌਜਵਾਨ ਦਾ ਨਾਮ ਜਿਹੜਾ ਹੈ ਜੀ ਪੰਕਜ ਕੁਮਾਰ ਦੱਸਿਆ ਗਿਆ ਵਾਸੀ ਪਿਪੋਰ ਸਾਹਿਬ ਦੱਸਿਆ ਗਿਆ ਕਿ ਇਹ ਨੌਜਵਾਨ ਜਿਹੜਾ ਸੀ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਆਪਣੀ ਡਿਊਟੀ ਪੂਰੀ ਕਰਕੇ ਆਪਣੇ ਘਰ ਨੂੰ ਪਰਤ ਰਿਹਾ ਸੀ ਤੇ ਚਾਹਨ ਕਿ ਜਿਹੜਾ ਇੱਕ ਟੈਂਕਰ ਟੈਂਕਰ ਦੇ ਨਾਲ ਜਿਹੜੀ ਇਹ ਘਟਨਾ ਹੋ ਜਾਂਦੀ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ